ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੀਐਸ ਟੈਟ 2021 ਦਾ ਰਿਜ਼ਲਟ ਹੈ ਉਹਦੇ ਡੇਟ ਬਾਰੇ ਵੀ ਕਦੋਂ ਤੱਕ ਜਿਹੜਾ ਰਿਜ਼ਲਟ ਆ ਸਕਦਾ ਹੈ ਜੀ ਤੇ ਜਿਹੜਾ ਫਾਈਨਲ ਰਿਜ਼ਲਟ ਹੈ ਕਿਉਂ ਲੇਟ ਹੋ ਰਿਹਾ ਹੈ ਜੀ ਇਹ ਸਾਰੀ ਡਿਟੇਲ ਕਰਾਂਗੇ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰ人 ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਤੇ ਹੁਣ ਜਿਹੜੀ ਮੇਨ ਗੱਲ ਕਰੀ ਆਪਾਂ ਰਿਜ਼ਲਟ ਦੀ ਜੀ ਪੀਐਸ ਟੈਟ ਦਾ ਜਿਹੜਾ ਰਿਜ਼ਲਟ ਹੈ ਆਪਾਂ ਸਭ ਨੂੰ ਪਤਾ ਜੀ ਜਿਹੜਾ ਮਾਰਚ 10 ਮਾਰਚ ਤੱਕ ਆਪਾਂ ਸਭ ਨੂੰ ਪਤਾ ਜੀ ਵੋਟਾਂ ਦਾ ਠੀਕ ਹੈ ਜੀ ਰਿਜ਼ਲਟ ਆਉਣਾ ਬਾਕੀ ਸੀ ਤੇ ਜਿਸ ਕਾਰਨ ਮਤਲਬ ਕਿ ਇਹਨਾਂ ਨੇ ਹਾਲੇ ਤੱਕ ਰਿਜ਼ਲਟ ਨਹੀਂ ਦਿੱਤਾ ਸੀ ਜੀ ਜਦੋਂ ਕਿ ਪੇਪਰ ਇਹ 2021 ਦੇ ਵਿੱਚ ਹੋ ਚੁੱਕਿਆ ਸੀ ਤੇ ਹੁਣ ਜਿਹੜੀ ਮੇਨ ਗੱਲ ਹੈ ਜੀ ਰਿਜ਼ਲਟ ਦੀ ਰਿਜ਼ਲਟ ਬਾਰੇ ਕਹਿ ਰਹੇ ਤੇ ਜੀ ਵੀ ਜਿਹੜੀ 31 ਮਾਰਚ ਤੱਕ ਤੁਹਾਡਾ ਰਿਜ਼ਲਟ ਆਉਣ ਦੇ ਚਾਂਸ ਹੈਗੇ ਨੇ ਜੀ ਕਿਉਂਕਿ 31 ਮਾਰਚ ਜਿਹੜੀ ਮਾਸਟਰ ਕੈਡਰ ਦੀਆਂ 4000 ਪਲੱਸ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ ਉਹ ਫਿਲ ਕਰ ਸਕਦੇ ਨੇ ਜੀ ਜਿਹੜੇ ਜਿਹੜੇ ਠੀਕ ਹੈ ਜੀ ਇਹਦੇ ਪੀਐਸਟੈਟ ਵਿੱਚੋਂ ਕਲੀਅਰ ਹੋਣਗੇ ਤੇ ਹੁਣ ਜਿਹੜੀ ਮੇਨ ਉਡੀਕ ਹੈ ਜੀ 31 ਮਾਰਚ ਦੀ ਉਦੋਂ ਤੱਕ ਤੁਹਾਡਾ ਰਿਜ਼ਲਟ ਆ ਸਕਦਾ ਹੈ ਪੱਕੀ ਡੇਟ ਤਾਂ ਨਹੀਂ ਅਸੀਂ ਕਹਿ ਸਕਦੇ ਪਰ ਉਸ ਡੇਟ ਤੱਕ ਆ ਸਕਦਾ ਹੈ ਹੁਣ ਜਿਹੜੀ ਮੇਨ ਗੱਲ ਹੈ ਜੀ ਵੀ ਜੇ ਤੁਸੀਂ ਫੁੱਲ ਪਤਾ ਵੀ ਕਰਨਾ ਤਾਂ ਤੁਹਾਡੇ ਲਈ ਇੱਕ ਚਾਂਸ ਹੈ ਕਿਉਂਕਿ ਪੰਜਾਬ ਪੁਲਿਸ ਕਾਂਸਟੇਬਲ ਦੇ ਬੱਚੇ ਹੋਗੇ ਹੋਰ ਠੀਕ ਹੈ ਹੋਰ ਭਰਤੀਆਂ ਵਾਲੇ ਬੱਚੇ ਹੋਗੇ ਉਹ ਸਾਰੇ ਬੱਚੇ 24 ਤਰੀਕ 24 ਮਾਰਚ 2022 ਨੂੰ ਜਾ ਰਹੇ ਨੇ ਜੀ ਚੰਡੀਗੜ੍ਹ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਮਿਲਣ ਤੇ ਹੁਣ ਤੁਹਾਡੇ ਵਾਸਤੇ ਇੱਕ ਮੌਕਾ ਹੈ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਤੇ ਉਹਨਾਂ ਤੋਂ ਪਤਾ ਵੀ ਕਰ ਸਕਦੇ ਹੋ ਵੀ ਪੀਐਸਟੈਟ ਦਾ ਰਿਜ਼ਲਟ ਕਦੋਂ ਤੱਕ ਆ ਸਕਦਾ ਹੈ ਜੀ ਸੁਨਹਿਰੀ ਮੌਕਾ ਤੁਸੀਂ ਉੱਥੇ ਜਾਓ ਤੇ ਪਤਾ ਕਰੋ ਤੇ ਫਾਈਨਲ ਰਿਜ਼ਲਟ ਤੁਹਾਨੂੰ ਮੇਨ ਗੱਲ ਕਹਿ ਦਿੰਦੇ ਆ ਜੀ ਵੀ 31 ਮਾਰਚ ਤੱਕ ਆਉਣ ਦੇ ਚਾਂਸ ਹੈਗੇ ਨੇ ਤੇ ਆ ਵੀ ਸਕਦਾ ਠੀਕ ਹੈ ਜੇ ਬਾਈ ਜੰਸ ਨਹੀਂ ਆਉਂਦਾ ਤਾਂ ਜਿਹੜੀ ਮਾਸਟਰ ਕੈਡਿਟ ਦੀਆਂ ਪੋਸਟਾਂ ਨੇ ਉਹਦੀ ਡੇਟ ਐਕਸਟੈਂਡ ਹੋ ਸਕਦੀ ਹੈ ਠੀਕ ਹੈ ਬਾਕੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਵਧੀ ਲਗੀ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਬਤਵਤਾਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ